ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿੰਜਲ ਵਿਖੇ ਸਾਲਾਨਾ ਸਮਾਗਮ ਪ੍ਰਿੰਸੀਪਲ ਡਾਕਟਰ ਸੰਤੋਸ਼ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਹਲਕਾ ਸਨੌਰ ਦੇ ਮੁਖੀ ਹਰਿੰਦਰਪਾਲ ਸਿੰਘ ਹੈਰੀਮਾਨ ਸਨ। ਇਸ ਸਮਾਗਮ ਦਾ ਆਗਾਜ਼ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤਾ। ਇਸ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਰਦਾਰ ਹਰਪ੍ਰੀਤ ਸਿੰਘ ਜੀ, ਸ਼੍ਰੀਮਤੀ ਡੀ ਜੀ, ਅੱਜ ਇੱਥੇ ਆਉਣ ਦਾ ਮੌਕਾ ਮਿਲਿਆ। ਪਹਿਲੀ ਵਾਰ ਸਾਡੀ ਬੇਟੀ ਇੱਥੇ ਹੀਰਾਗੜ੍ਹ ਤੋਂ ਕਮਲਜੀਤ ਕੌਰ ਪੜ੍ਹਾ ਰਹੀ ਹੈ, ਜਿਹੜੇ ਸਟੇਜ ਵੀ ਕੰਡਕਟ ਕਰ ਰਹੇ ਸੀਗੇ। ਔਰ ਡਾਕਟਰ ਬਿੱਟੂ ਨੇ ਬੇਨਤੀ ਕੀਤੀ ਕਿ ਤੁਸੀਂ ਟਾਈਮ ਕੱਢ ਕੇ ਇੱਥੇ ਆਓ। ਆ ਕੇ ਦੱਸਿਆ ਗਿਆ ਕਿ ਸਾਡੇ ਮੈਡਮ ਪ੍ਰਿੰਸੀਪਲ ਸਿਰਫ ਇੱਕ ਸਾਲ ਤੋਂ ਇੱਥੇ ਆਏ ਨੇ, ਕਿਸ ਤਰ੍ਹਾਂ ਇਹਨਾਂ ਨੇ ਐਫਰਟ ਕੀਤਾ ਅਤੇ ਇਸ ਆਪਣੀ ਟੀਮ ਨੂੰ ਲੀਡ ਕਰਕੇ ਔਰ ਆਪਣੀ ਸਟਾਫ ਦੇ ਵਿੱਚ, ਆਪਣੇ ਕੋਲੀਗਸ ਦੇ ਵਿੱਚ ਇੱਕ ਕੋਆਰਡੀਨੇਸ਼ਨ ਬਣਾ ਕੇ ਅੱਗੇ ਆਰਗਨਾਈਜੇਸ਼ਨ ਨੂੰ ਲੈ ਕੇ ਜਾਣਾ ਇੱਕ ਸਬਕ ਸਿੱਖਣ ਵਾਲੀ ਗੱਲ ਹੈ। ਆਪਣੇ ਇਸ ਸਕੂਲ ਲਈ ਜੋ ਵੀ ਮੈਂ ਕਰ ਸਕੀ ਉਹ ਮੇਰੀ ਆਪਣੀ ਤਸੱਲੀ ਲਈ ਕਾਫੀ ਤਾਂ ਨਹੀਂ ਹੈ, ਪਰ ਇਸ ਰਿਮੋਟ ਏਰੀਆ ਵਿੱਚ ਸਹੂਲਤਾਂ ਦੀ ਘਾਟ ਦੇ ਹੁੰਦਿਆਂ ਹੋਇਆਂ ਵੀ ਮੈਂ, ਮੇਰੇ ਸਕੂਲ ਦਾ ਸਟਾਫ, ਮੇਰੇ ਵਿਦਿਆਰਥੀ ਇਸ ਸਕੂਲ ਨੂੰ ਸ਼ਹਿਰਾਂ ਦੇ ਸਮਾਰਟ ਸਕੂਲਾਂ ਦੀ ਬਰਾਬਰੀ 'ਤੇ ਲਿਆਉਣ ਲਈ ਵਜ਼ੀਬ ਹਾਂ। ਅਸੀਂ ਇਸ ਲਈ ਕਿੰਨੇ ਕਾਮਯਾਬ ਹੋਵਾਂਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਲ 2017-18 ਦੀ ਸਕੂਲ ਦੀਆਂ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੜ੍ਹਨ ਜਾ ਰਹੀ ਹਾਂ। ਸਾਲ 2017-18 ਵਿੱਚ 10ਵੀਂ ਜਮਾਤ ਦੇ 4 ਵਿਦਿਆਰਥੀ ਮੈਰੀਟੋਰੀਅਸ ਸਕੂਲ ਲਈ ਸਿਲੈਕਟ ਹੋਏ ਅਤੇ 9 ਵਿਦਿਆਰਥੀ ਫਸਟ ਡਿਵੀਜ਼ਨ ਲੈ ਕੇ ਪਾਸ ਹੋਏ। ਇਸ ਤੋਂ ਇਲਾਵਾ ਸਾਡੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਯੁਵਕ ਮੇਲੇ ਦੇ ਪੇਂਟਿੰਗ ਮੁਕਾਬਲੇ। ਦੇਵੀਗੜ੍ਹ ਤੋਂ ਰਜਿੰਦਰ ਸਿੰਘ ਮੋਚੀ ਦੀ ਰਿਪੋਰਟ। ਮੁਹੱਈਆ।